ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੋਸਤੋ, ਹੁਣ ਤੱਕ ਅਸੀਂ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਨਾਲ ਸੰਬੰਧਿਤ ਕਾਫੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ। ਜਿਹੜੀ ਜਾਣਕਾਰੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਉਹ ਤੁਹਾਡੇ ਵਾਸਤੇ ਬਿਲਕੁਲ ਨਵੀਂ ਅਤੇ ਅਣਸੁਣੀ ਹੈ। ਇਹ ਜਾਣਕਾਰੀ ਬਠਿੰਡੇ ਦੇ ਵਿੱਚ ਪੈਂਦੇ ਮਾਨਸੇ ਦੇ ਏਰੀਏ ਨਾਲ ਜੁੜੀ ਹੋਈ ਹੈ। ਉਹ ਮਾਨਸਾ ਜਿਹੜਾ ਕਿ ਅੱਜ ਜ਼ਿਲ੍ਹਾ ਮਾਨਸਾ ਬਣ ਚੁੱਕਾ ਹੈ। ਸਨ 1987 ਵਿੱਚ ਮਾਨਸੇ ਤੋਂ ਚੱਲ ਕੇ ਜਦੋਂ ਇੱਕ ਬੰਦਾ ਸਵੇਰੇ ਸਵੇਰੇ ਲੁਧਿਆਣੇ ਅਮਰ ਸਿੰਘ ਚਮਕੀਲੇ ਦੇ ਦਫ਼ਤਰ ਵਿਖੇ ਪਹੁੰਚਦਾ ਹੈ, ਅੱਗੇ ਦੀ ਸਾਰੀ ਗੱਲਬਾਤ ਤੁਹਾਨੂੰ ਅੱਜ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ। ਆ ਜਾਓ ਸ਼ੁਰੂ ਕਰਦੇ ਹਾਂ। ਦੋਸਤੋ, ਇਹ ਗੱਲ 1987 ਦੇ ਫਰਵਰੀ ਮਹੀਨੇ ਦੀ ਹੈ, ਜਦੋਂ ਇੱਕ ਬੰਦਾ ਬਠਿੰਡੇ ਦੀ ਸ਼ਾਨ ਕਹੇ ਜਾਣ ਵਾਲੇ ਮਾਨਸੇ ਤੋਂ ਚੱਲ ਕੇ ਲੁਧਿਆਣੇ ਅਮਰ ਸਿੰਘ ਚਮਕੀਲੇ ਦਾ ਅਖਾੜਾ ਬੁੱਕ ਕਰਨ ਪਹੁੰਚਦਾ ਹੈ। ਕਾਫੀ ਲੰਬਾ ਸਫ਼ਰ ਕਰਨ ਕਰਕੇ ਉਹ ਥੋੜਾ ਥੱਕ ਵੀ ਗਿਆ ਹੁੰਦਾ ਤੇ ਬੱਸ ਅੱਡੇ ਦੇ ਸਾਹਮਣੇ ਬਣੇ ਇੱਕ ਛੋਟੇ ਜਿਹੇ ਹੋਟਲ ਤੇ ਚਾਹ ਪੀਣ ਲੱਗ ਜਾਂਦਾ। ਚਾਹ ਪੀਂਦੇ ਪੀਂਦੇ ਉਸਨੇ ਉਸੇ ਹੋਟਲ ਵਾਲੇ ਨੂੰ ਪੁੱਛ ਲਿਆ ਕਿ ਗਾਇਕ ਅਮਰ ਸਿੰਘ ਚਮਕੀਲੇ ਦਾ ਦਫ਼ਤਰ ਕਿਹੜੇ ਪਾਸੇ ਆ। ਚਾਹ ਵਾਲਾ ਅਜੇ ਬੋਲਣ ਹੀ ਲੱਗਿਆ ਸੀ ਕਿ ਨਾਲ ਬੈਠਾ 16-17 ਸਾਲ ਦਾ ਮੁੱਚ ਪੁੱਟ ਗੱਭਰੂ ਬੋਲ ਪਿਆ, ਵੀਰੇ ਉਹ ਸਾਹਮਣੇ ਸੜਕ ਪਾਰ ਕਰਕੇ ਪਾਰਕ ਦੇ ਬਿਲਕੁਲ ਸਾਹਮਣੇ ਹੀ ਚਮਕੀਲੇ ਦਾ ਦਫ਼ਤਰ ਆ, ਅਜੇ ਹੁਣੇ ਮੈਂ ਇੱਕ ਹੋਰ ਬਾਈ ਨੂੰ ਉੱਥੇ ਛੱਡ ਕੇ ਆਇਆ। 2-4 ਬੰਦੇ ਹੋਰ ਵੀ ਬੈਠੇ ਸੀ ਦਫ਼ਤਰ ਵਿੱਚ। ਬਹੁਤ ਵਧੀਆ ਗਾਉਂਦਾ ਬਾਈ, ਪਤੰਦਰ ਦੇ ਸਾਰੇ ਹੀ ਗਾਣੇ ਹਿੱਟ ਚਲੀ ਜਾਂਦੇ ਆ। ਉਸ ਗੱਭਰੂ ਨੇ ਚਮਕੀਲੇ ਦੀ ਸਿਫਤ ਕਰ ਦਿੱਤੀ ਸੀ। ਚਾਹ ਵਾਲੇ ਨੂੰ ਪੈਸੇ ਦੇ ਕੇ ਬਾਈ ਸਿੱਧਾ ਚਮਕੀਲੇ ਦੇ ਦਫ਼ਤਰ ਵੱਲ ਨੂੰ ਤੁਰ ਪਿਆ। ਦਫ਼ਤਰ ਦੇ ਨੇੜੇ ਜਾ ਕੇ ਉਹ ਥੋੜਾ ਝਿਜਕਿਆ ਤੇ ਫਿਰ ਝੱਟ ਦੇਣੇ ਅੰਦਰ ਵੜ ਗਿਆ। ਦਫ਼ਤਰ ਵਿੱਚ ਮੌਜੂਦ ਸਾਰੇ ਹੀ ਬੰਦਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਉਹ ਆਪ ਹੀ ਕੋਲ ਪਈ ਕੁਰਸੀ ਤੇ ਬੈਠ ਗਿਆ। ਦਫ਼ਤਰ ਵਿੱਚ ਬੈਠੇ ਸਾਰੇ ਹੀ ਸੱਜਣ ਮਿੱਤਰ ਆਪਸ ਵਿੱਚ ਗੱਲਾਂ ਕਰ ਰਹੇ ਸੀ। 10-15 ਮਿੰਟ ਬਾਅਦ ਕਲਰਕ ਬੱਬੂ ਨੇ ਪੁੱਛ ਹੀ ਲਿਆ, ਹਾਂਜੀ ਬਾਈ ਜੀ ਕਿਵੇਂ ਆਉਣੇ ਹੋਏ? ਝਿਜਕਦੇ ਝਿਜਕਦੇ ਬਾਈ ਨੇ ਆਖਿਆ ਸੀ ਕਿ ਬਾਈ ਜੀ ਮੇਰੇ ਮੁੰਡੇ ਦਾ ਵਿਆਹ ਹੋਇਆ 4-5 ਮਹੀਨੇ ਤੱਕ, ਤੁਹਾਡਾ ਅਖਾੜਾ ਬੁੱਕ ਕਰਾਉਣ ਆਇਆ ਸੀ। ਮੈਂ ਮਾਨਸੇ ਤੋਂ ਆਇਆ। ਕੋਈ ਗੱਲ ਨੀ, ਜਦੋਂ ਵਿਆਹ ਨੇੜੇ ਆਇਆ ਉਦੋਂ ਆ ਜੀ, ਕਰ ਦਿਆਂਗੇ ਪ੍ਰੋਗਰਾਮ। ਹੋਰ ਦੱਸ, ਚਾਹ ਪੀਵੇਂਗਾ? ਤਾਂ ਉਸ ਬਾਈ ਨੇ ਨਾਂ ਦੇ ਵਿੱਚ ਜਵਾਬ ਦੇ ਦਿੱਤਾ ਤੇ ਹੱਥ ਜੋੜ ਕੇ ਆਖਣ ਲੱਗਾ ਕਿ ਠੀਕ ਹੈ ਬਾਈ ਜੀ। ਇੰਨਾ ਕਹਿ ਕੇ ਉਹ ਦਫ਼ਤਰ ਚੋਂ ਬਾਹਰ ਆ ਗਿਆ ਤੇ ਖੱਬੇ ਮੁੜਨ ਦੀ ਬਜਾਏ ਉਹ ਸੱਜੇ ਪਾਸੇ ਵੱਲ ਨੂੰ ਚੱਲ ਪਿਆ। ਕੁਲਦੀਪ ਪਾਰਸ ਦੇ ਦਫ਼ਤਰ ਮੂਹਰੇ ਦੀ ਲੰਘ ਕੇ ਉਹ ਸੜਕ ਪਾਰ ਬਣੀ ਪਾਰਕ ਦੇ ਇੱਕ ਖੁੰਝੇ ਵਿੱਚ ਜਾ ਕੇ ਖੜਾ ਹੋ ਕਾਫੀ ਚਿਰ ਉਹ ਕਲਾਕਾਰਾਂ ਦੇ ਬੋਟਾਂ ਵੱਲ ਵੇਖੀ ਗਿਆ। ਵੇਖਦੇ ਵੇਖਦੇ ਉਸਦੀ ਨਿਗਾਹ ਪਾਰਕ ਦੇ ਦੂਜੇ ਪਾਸੇ ਖੜੀ ਇੱਕ ਚਾਹ ਵਾਲੀ ਰੇਹੜੀ ਤੇ ਪਈ। ਉਹ ਕੁਝ ਸੋਚਦਾ ਕਿ ਇੰਨੇ ਨੂੰ ਚਾਹ ਵਾਲੀ ਰੇਹੜੀ ਦੇ ਮਾਲਕ ਪੁਰਸ਼ੋਤਮ ਨੇ ਉਸ ਨੂੰ ਹੱਥ ਖੜਾ ਕਰਕੇ ਬੁਲਾ ਲਿਆ। ਉਹ ਆ ਜਾ ਬਾਈ। ਉਹ ਜਾ ਕੇ ਚਾਚੇ ਚਾਹ ਵਾਲੇ ਕੋਲ ਪਏ ਲੱਕੜ ਦੇ ਬੈਂਚ ਤੇ ਜਾ ਕੇ ਬਹਿ ਗਿਆ। ਖੜਾ ਬੁੱਕ ਕਰਾਉਣ ਆਇਆ ਸੀ, ਕਿਹੜਾ ਕਲਾਕਾਰ ਕਰਨਾ? ਚਾਚੇ ਨੇ ਇੱਕੋ ਸਾਹ ਵਿੱਚ ਸਵਾਲ ਕਰ ਦਿੱਤਾ। ਬਾਈ, ਕਰਾਉਣਾ ਤਾਂ ਮੈਂ ਅਮਰ ਸਿੰਘ ਚਮਕੀਲੇ ਨੂੰ ਸੀ, ਪਰ ਉਹਨੇ ਤਾਂ ਚਾਚੇ ਨਾਲ ਮੇਰੇ ਨਾਲ ਗੱਲ ਹੀ ਨਹੀਂ ਕੀਤੀ, 2 ਗੱਲਾਂ ਪੁੱਛ ਕੇ ਹੀ ਤੋਰਤਾ ਮੈਨੂੰ। ਉਹ ਮਾਮਾ ਚਮਕੀਲਾ ਦਾ ਅਜੇ ਦਫ਼ਤਰ ਵਿੱਚ ਆਇਆ ਹੀ ਨਹੀਂ, ਮੇਰੀ ਸਾਰੇ ਦਫ਼ਤਰਾਂ ਵਿੱਚ ਚਾਹ ਜਾਂਦੀ ਆ, ਕਿੱਥੋਂ ਆਇਆ ਤੂੰ? ਬਾਈ, ਮੈਂ ਤਾਂ ਬੜੀ ਦੂਰੋਂ ਆਇਆ ਮਾਨਸੇ ਤੋਂ, ਸੋਚਿਆ ਸੀ ਨਾਲੇ ਚਮਕੀਲੇ ਨੂੰ ਮਿਲ ਵੀ ਲਵਾਂਗੇ। ਕੋਈ ਨਾ, ਤੂੰ ਆਹ ਫੜ ਚਾਹ ਪੀ। ਚਾਚੇ ਨੇ ਧੱਕੇ ਨਾਲ ਉਸਨੂੰ ਚਾਹ ਦਾ ਕੱਪ ਫੜਾ ਦਿੱਤਾ। ਚਾਹ ਪੀ ਤੇ ਸਾਹਮਣੇ ਪਾਰਕ ਵਿੱਚ ਜਾ ਕੇ ਬਹਿ ਜਾ, ਚਮਕੀਲਾ ਪ੍ਰੋਗਰਾਮ ਕਰਕੇ ਸਿੱਧਾ ਪਹਿਲਾਂ ਇੱਥੇ ਹੀ ਆਊਗਾ ਤੇ ਮੈਂ ਤੈਨੂੰ ਇਸ਼ਾਰਾ ਕਰੂੰਗਾ ਤੇ ਤੂੰ ਜਦੇ ਆ ਜਾਈ। ਚਮਕੀਲਾ ਤਾਂ ਯਾਰ ਬਹੁਤ ਵਧੀਆ ਬੰਦਾ, ਤੈਨੂੰ ਉਸ ਨਾਲ ਮਿਲਾ ਕੇ ਭੇਜੋ, ਨਾਲੇ ਪ੍ਰੋਗਰਾਮ ਵੀ ਤੇਰਾ ਉਹਨੇ ਬੁੱਕ ਕਰ ਹੀ ਲੈਣਾ। ਪੁਰਸ਼ੋਤਮ ਚਾਹ ਵਾਲੀ ਦੀ ਗੱਲ ਸੁਣ ਕੇ ਮਾਨਸੇ ਤੋਂ ਆਏ ਉਸ ਬੰਦੇ ਅੰਦਰ ਥੋੜੀ ਦਲੇਰੀ ਭਰ ਗਈ ਤੇ ਚਾਚੇ ਨੂੰ ਪੁੱਛ ਹੀ ਲਿਆ, ਬਾਈ ਜਿਹੜੇ ਅੰਦਰ ਦਫ਼ਤਰ ਵਿੱਚ ਬੰਦੇ ਬੈਠੇ ਸੀ ਉਹ ਕੌਣ ਸੀ ਫਿਰ? ਉਹ ਪਤੰਦਰਾ, ਉਹ ਤਾਂ ਉਹਦੇ ਚੇਲੇ ਨੇ। ਚਾਹ ਵਾਲੇ ਦੀ ਗੱਲ ਸੁਣ ਕੇ ਹੁਣ ਉਸਨੂੰ ਘਰੋਂ ਤੁਰਦੇ ਚਾਹ ਨਾਲ ਦੁੱਗਣਾ ਚਾਹ ਚੜ ਗਿਆ ਸੀ। ਜਦੋਂ ਉਹ ਚਾਹ ਦੇ ਪੈਸੇ ਦੇਣ ਲੱਗਿਆ ਤਾਂ ਚਾਚੇ ਨੇ ਕਿਹਾ, ਤੂੰ ਜਾ ਕੇ ਪਾਰਕ ਵਿੱਚ ਬਹਿ ਜਾ, ਚਾਹ ਦੇ ਪੈਸੇ ਮੈਂ ਚਮਕੀਲੇ ਤੋਂ ਆਪੇ ਲੈ ਲੂੰਗਾ। ਬਾਈ ਜਾ ਕੇ ਪਾਰਕ ਦੇ ਵਿੱਚ ਬਹਿ ਗਿਆ। 1-2, 2-3 ਤੇ ਫਿਰ 3-4 ਵੱਜ ਚੁੱਕੇ ਸੀ। ਤਕਰੀਬਨ 5 ਵਜੇ ਦੇ ਕਰੀਬ ਅਮਰ ਸਿੰਘ ਚਮਕੀਲੇ ਦੀ ਕਾਰ ਦਫ਼ਤਰ ਦੇ ਮੂਹਰੇ ਆ ਕੇ ਰੁਕੀ। ਚਮਕੀਲਾ ਕਾਰ ਵਿੱਚੋਂ ਉਤਰ ਕੇ ਸਿੱਧਾ ਦਫ਼ਤਰ ਅੰਦਰ ਵੜ ਗਿਆ। ਇੰਨੇ ਨੂੰ ਚਾਹ ਵਾਲੇ ਚਾਚੇ ਨੇ ਪਾਰਕ ਵਿੱਚ ਬੈਠੇ ਬੰਦੇ ਨੂੰ ਕਿਹਾ, ਉਹ ਮਿੱਤਰਾ ਜਾ ਭੱਜ, ਚਮਕੀਲਾ ਆ ਗਿਆ, ਉਸਨੇ ਥੋੜਾ ਟਾਈਮ ਹੀ ਰੁਕਣਾ, ਫਟਾਫਟ ਜਾ ਕੇ ਮਿਲ ਲੈ। ਮਾਨਸੇ ਤੋਂ ਆਈ ਬਾਈ ਨੇ 2 ਛਾਲਾਂ ਮਾਰ ਕੇ ਹੀ ਸੜਕ ਪਾਰ ਕਰ ਲਈ ਤੇ ਦਮਾਦਮ ਚਮਕੀਲੇ ਦੇ ਦਫ਼ਤਰ ਵਿੱਚ ਵੜ ਗਿਆ। ਇੰਨੇ ਨੂੰ ਆਸੇ ਪਾਸੇ ਵੀ ਚਮਕੀਲੇ ਨੂੰ ਮਿਲਣ ਵਾਲੇ ਕੁਝ ਸੱਜਣ ਦਫ਼ਤਰ ਅੰਦਰ ਆ ਗਏ। ਲਗਭਗ ਏਦਾਂ ਹੀ ਹੁੰਦਾ ਸੀ, ਜਦੋਂ ਚਮਕੀਲਾ ਆਉਂਦਾ ਸੀ ਤਾਂ ਉਸਨੂੰ ਮਿਲਣ ਵਾਲਿਆਂ ਨੂੰ ਚਾਹ ਚੜ ਜਾਂਦਾ ਸੀ। ਅੱਜ ਅਮਰ ਸਿੰਘ ਚਮਕੀਲਾ
हिंदी फिल्मों के एक्टर अमिताभ बच्चन नालों घट नहीं सी लग रहा। चमकीले ने सारे का हाल चाल पूछा ते फिर इस बाई वाल मुड़िया। हाँ वीरे की हाल? ठीक है बाई जी, मैं मानसे तो आया। बाई जी मैं सवेरे 10 बजे का आया हुआ, वह सामने पार्क में बैठा सी तुहानू मिलण लई। मेरे मुंडे का विआह 4-5 महीने तक, मेरी बेनती है थोड़ा खाड़ा लवाना उत्थे। चमकीले ने उस तो डेट पूछी ते फिर डायरी वेखी, डेट भी बिल्कुल वेली सी। चमकीले ने पप्पी नंगलों वाले नूं कहा एड्रेस नोट कर बाई दा। पप्पी ने बाई दा दस्या सारा एड्रेस नोट कर लिया ते नाल ही बाई ने 50-50 दे 2, 10-10 दे 5 अते 10-5-5 दे पूरे 200 करके चमकीले अगे साई वजो धर दते। चमकीले ने 100 रुपया रख के ते बाकी दे उसनूं वापस कर दते ते कहा कोई गल नहीं बाकी उत्थे कर लवांगे, हुण तूं की खाणा पीणा दस्स। कुछ नहीं बाई जी, थोड़ा बहुत बहुत धन्नवाद, मैं हुण जाणा मानसे। ओ वीर मानसा तां बहुत दूर आ, तू कल चला जावी, चमकीला आखण लगा। कोई गल नहीं बाई जी, तुसी मैनूं बस चढ़ाओ। चमकीले ने उसनूं नाल लिजा के पूरी तसली करा के बस विच बिठा दिता सी। समा अपनी चाल चलदा गया, अमर सिंह चमकीला अपने प्रोग्राम करदा गया। एक दिन फिर उही मानसे वाला बाई अचानक चमकीले दे दफ्तर आ पहुंचा। दफ्तर विच मेन कुर्सी ते बैठे बब्बू उर्फ चमक चमकीले नूं आखण लगा बाई जी मैं 2 महीने पहला अपना प्रोग्राम बुक करा के गया सी, मानसे तो आ मैं। बब्बू मेज ते पई डायरी चुक के वेखण लगा ता कहा हाँ जी बाई जी थोड़ा प्रोग्राम बुक जमा ओके आ, तुसी फिक्र ना करो उस्ताद जी बिल्कुल प्रोग्राम लाउणगे। समा फिर अपनी चाल चलदा गया। घर दे कराउंदे विआह दे दिन नेड़े आ गए। विआह तो करीब 1 महीना पहला उही सज्जन फिर चमकीले दे दफ्तर मूहरे आ खड़ गया। कुदरती चमकीला उस टाइम अपने दफ्तर विच बैठक कुलदीप पारस नाल हासा मजाक कर रहा सी। अंदर बढ़ के सत श्री अकाल बुला के आखण लगा बाई जी मैं 4-5 महीने पहला आया सी, खाड़ा बुक करा के गया सी, मानसे तो आया मैं। चमकीले ने कहा वीरे असीं पहुंच जावांगे, तू फिकर ना कर। अच्छा ऐ दस अपने आले दुआले पिंड वालिआं नूं दसदा बाई जी मैं पूरा रौला पाया होया, बस तुसीं वेखिओ सही कट्ठ किन्ना हुंदा। गल सुन के चमकीला हसण लग पिया। चमकीले दे दफ्तर विच्चों चाह पी के ओह बाई फिर अपने पिंड वल नूं चल पिया। करदे कराउंदे अखीर ओह विआह वाला दिन आ गया। अमर सिंह चमकीला अमरजोत अपनी पार्टी समेत मानसे दे दित्ते पिंड दे एड्रैस ते पहुंच गए। गड्डी च उतर के जदों चमकीले ने स्टेज वल वेखिआ ता की वेखदा दूर दूर तक लोगों का हजूम आया होया सी। ड्राइवर ने ज्यों ही गड्डी स्टेज दे नेड़े लाई ता पिंड दा सरपंच ते 2-4 होर मोहतबर बंदे चमकीला ते पार्टी नूं इक पासे लै गए जिथे उन्हां दे बैठण दा प्रबंध कीता होया सी। चाह पानी पी के चमकीला कहण लगा बई ओह वीर नूं तां बुलायो जिहड़ा प्रोग्राम बुक करा के गया सी, जिहदे अज लड़के दा विआह है। यार बड़े गेड़े मारे उन्हां मेरे दफ्तर दे। तां सरपंच ने कहा ਬਾਈ ਜੀ ਉਹ ਤਾਂ ਤੁਹਾਡੇ ਆਉਣ ਦੀ ਖੁਸ਼ੀ ਵਿੱਚ ਸਵੇਰ ਦਾ ਹੀ ਦਾਰੂ ਪੀ ਫਿਰਦਾ, ਪੂਰਾ ਫੁੱਲ ਹੋਇਆ ਪਿਆ ਆਪਣੇ ਘਰੇ। ਚਮਕੀਲੇ ਨੇ ਮੱਥੇ 'ਤੇ ਹੱਥ ਮਾਰਿਆ ਅਤੇ ਨਾਲ ਦਿਆਂ ਨੂੰ ਕਿਹਾ ਚਲੋ ਫਿਰ ਸਾਰੇ ਸਟੇਜ 'ਤੇ। ਇੰਨਾ ਕਹਿੰਦੇ ਹੀ ਸਾਰੇ ਸਟੇਜ ਵੱਲ ਨੂੰ ਰਵਾਨਾ ਹੋ ਗਏ। ਧਾਰਮਿਕ ਗੀਤ ਨਾਲ ਸਟੇਜ ਸ਼ੁਰੂ ਕਰਕੇ ਨਾਲ ਲੱਗਦੇ ਹੀ ਚਮਕੀਲੇ ਨੇ ਦੁਗਾਣਿਆਂ ਦੀ ਝੜੀ ਲਾ ਦਿੱਤੀ ਅਤੇ 2 ਘੰਟੇ ਪੂਰਾ ਪ੍ਰੋਗਰਾਮ ਬੰਨ੍ਹ ਦਿੱਤਾ। ਸਾਰੇ ਲੋਕ ਅਸ਼ ਅਸ਼ ਕਰ ਉੱਠੇ। ਪ੍ਰੋਗਰਾਮ ਖਤਮ ਹੋਇਆ ਤਾਂ ਸਰਪੰਚ ਚਮਕੀਲੇ ਨੂੰ ਇੱਕ ਪਾਸੇ ਲੈ ਗਿਆ ਤੇ ਕਹਿਣ ਲੱਗਾ ਬਾਈ ਨਜ਼ਾਰਾ ਲਿਆਉਣ ਦਾ, ਤੂੰ ਤਾਂ ਬੜੀ ਰੂਹ ਸੀ ਇਸ ਬੰਦੇ ਦੀ। ਚਲੋ ਕੋਈ ਗੱਲ ਨਹੀਂ, ਆਪ ਤਾਂ ਉਹ ਦਾਰੂ ਪੀ ਫੁੱਲ ਹੋਇਆ ਪਿਆ, ਆਹ ਫੜੋ ਤੁਹਾਡੇ ਪੈਸੇ ਜਿਹੜੇ ਤੁਹਾਡੇ ਬਣਦੇ ਆ। ਉਹਨੇ ਮੈਨੂੰ ਸਾਰੀ ਗੱਲ ਸਮਝਾ ਦਿੱਤੀ ਸੀ, ਅਸਲ 'ਚ ਉਹ ਮੇਰੇ ਨਾਲ ਸਾਂਝੀ ਰਲਿਆ ਹੋਇਆ। ਬਸ ਮੈਨੂੰ ਕਹਿੰਦਾ ਸਰਪੰਚ ਸਾਹਿਬ ਤੁਸੀਂ ਚਮਕੀਲੇ ਨੂੰ ਖਾੜੇ ਦੇ ਪੈਸੇ ਦੇ ਦਿਓ ਜਿੰਨੇ ਬਣਦੇ ਆ, ਮੈਂ ਜਿੰਨਾ ਟਾਈਮ ਕਹੋਗੇ ਤੁਹਾਡੇ ਨਾਲ ਕੰਮ ਕਰੀ ਜਾਊਂਗਾ। ਚਮਕੀਲਾ ਹੱਸ ਪਿਆ ਤੇ ਕਹਿਣ ਲੱਗਾ ਚਲੋ ਕੋਈ ਗੱਲ ਨਹੀਂ, ਉਸਦਾ ਘਰ ਤਾਂ ਵਿਖਾਓ ਮੈਨੂੰ ਤੇ ਨਾਲੇ ਮੁੰਡੇ ਨੂੰ ਵੀ ਬੁਲਾ ਲਓ। ਜਦੋਂ ਚਮਕੀਲੇ ਨੇ ਉਸਦੇ ਘਰ ਵੱਲ ਨਿਗਾਹ ਮਾਰੀ ਤਾਂ ਚਮਕੀਲੇ ਦੇ ਚਿਹਰੇ ਉੱਤੋਂ ਰੌਣਕ ਉੱਡ ਗਈ। ਕੱਚਾ ਘਰ ਵੇਖ ਕੇ ਚਮਕੀਲੇ ਨੂੰ ਸਾਰੀ ਗੱਲ ਸਮਝਦਿਆਂ ਦੇਰ ਨਹੀਂ ਸੀ ਲੱਗੀ ਤੇ ਕਹਿਣ ਲੱਗਾ ਸਰਪੰਚ ਸਾਹਿਬ ਇਸਦੇ ਮੁੰਡੇ ਨੂੰ ਬੁਲਾਓ। ਜਿਵੇਂ ਹੀ ਵਿਆਹ ਵਾਲਾ ਮੁੰਡਾ ਆਉਂਦਾ ਹੈ ਤਾਂ ਚਮਕੀਲਾ ਉਸਨੂੰ ਘੁੱਟ ਕੇ ਜੱਫੀ ਵਿੱਚ ਲੈ ਲੈਂਦਾ ਹੈ ਤੇ ਕਹਿੰਦਾ ਹੈ ਕਿ ਸਰਪੰਚ ਸਾਹਿਬ ਆਹ ਫੜੋ ਪੈਸੇ। ਅਖਾੜੇ ਤੋਂ ਲਏ ਸਾਰੇ ਪੈਸੇ ਚਮਕੀਲੇ ਨੇ ਸਰਪੰਚ ਨੂੰ ਵਾਪਸ ਮੋੜ ਦਿੱਤੇ ਸੀ ਤੇ ਕਿਹਾ ਇੱਕ ਇਸ ਮੁੰਡੇ ਨੂੰ ਮੱਝ ਲੈ ਦਿਓ ਜਾਂ ਕੋਈ ਹੋਰ ਲੋੜ ਵਾਲਾ ਸਮਾਨ ਲੈ ਦਿਓ। ਇੰਨੀ ਗੱਲ ਆ ਕੇ ਸਭ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਅਮਰ ਸਿੰਘ ਚਮਕੀਲਾ ਆਪਣੀ ਪਾਰਟੀ ਸਮੇਤ ਕਾਰ ਵਿੱਚ ਬੈਠ ਕੇ ਦੂਜੀ ਜਗ੍ਹਾ ਬੁੱਕ ਕੀਤੇ ਪ੍ਰੋਗਰਾਮ ਵੱਲ ਨੂੰ ਰਵਾਨਾ ਹੋ ਗਿਆ ਸੀ। ਬਹੁਤ ਬਹੁਤ ਧੰਨਵਾਦ ਦੋਸਤੋ, ਹਾਜ਼ਰ ਹੁੰਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ।